ਗੁਰਮੁਖ ਪਿਆਰਿਓ, ਇਹ ਗੱਲ ਅਸੀਂ ਅਕਸਰ ਹੀ ਕਰਦੇ ਹਾਂ। ਕਰਮਾਂ ਦੇ ਪਾਸ ਭਾਵੇਂ ਕਲਮ ਦਵਾਤ ਜਾਂ ਕੋਈ ਕਾਗਜ਼ ਨਹੀਂ, ਪਰ ਫਿਰ ਵੀ ਕਰਮ ਜਿਹੜੇ ਆ ਉਹ ਲੇਖ ਜਿਹੜੇ ਆ ਲਿਖੇ ਹੋਏ ਮਿਟਦੇ ਨਹੀਂ। ਅਤੇ ਅਕਸਰ ਸਾਡੇ ਆਸੇ ਪਾਸੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ, ਜੈਸਾ ਬੀਜੈ ਸੋ ਲੁਣੇ, ਜੋ ਖੱਟੇ ਸੋ ਖਾਏ। ਬੰਦਾ ਜਿਹੋ ਜਿਹਾ ਬੀਜਦਾ ਉਹੋ ਜਿਹਾ ਹੀ ਵੱਢਦਾ। ਇਹ ਸਭ ਕੁਝ ਹੁੰਦਾ ਆਪਾਂ ਜਾਣਦੇ ਹਾਂ, ਪਰ ਇਹ ਕਰਮਾਂ ਦੀ ਖੇਡ ਕਿਵੇਂ ਘੁੰਮ ਕੇ ਵਾਪਸ ਸਾਡੇ ਪਾਸ ਆਉਂਦੀ ਆ, ਆਓ ਇਹਨੂੰ ਇੱਕ ਛੋਟੀ ਜਿਹੀ ਕਹਾਣੀ ਦੁਆਰਾ ਅਤੇ ਮਹਾਂਪੁਰਖਾਂ ਦੇ ਜੀਵਨ ਦੁਆਰਾ ਸਮਝਣ ਦਾ ਇਹਨੂੰ ਯਤਨ ਕਰੀਏ। ਇਹ ਕਰਮ ਫਲ ਜਿਹੜਾ ਭੋਗਣਾ ਹੀ ਪੈਂਦਾ, ਬੰਦਾ ਜਿੱਥੋਂ ਤੱਕ ਮਰਜ਼ੀ ਭੱਜ ਲਏ ਨਹੀਂ ਕੁਝ ਹੋ ਸਕਦਾ। ਜੋ ਹੁੰਦਾ ਉਹ ਹੁੰਦਾ ਹੀ ਆ, ਉਹ ਹੁੰਦਾ ਤਾਂ ਜੋ ਆਪਾਂ ਕਰਮ ਕਰ ਆਏ ਹਾਂ ਪਿੱਛੇ ਉਹਦਾ ਫਲ ਸਾਨੂੰ ਹੁਣ ਮਿਲੇਗਾ, ਜੋ ਹੁਣ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ। ਅਤੇ ਬੰਦਾ ਇਸ ਤਰ੍ਹਾਂ ਸੋਚਦਾ ਵੀ ਮੈਂ ਜੋ ਕਰ ਲਿਆ ਇਹ ਹੁਣ ਮੈਨੂੰ ਸ਼ਾਇਦ ਇਹਦਾ ਫਲ ਨਾ ਮਿਲੇ, ਪਰ ਨਹੀਂ ਭਈ, ਉਹ ਤਾਂ ਫਲ ਅੱਜ ਨਹੀਂ ਤਾਂ ਕੱਲ੍ਹ ਤੈਨੂੰ ਖਾਣਾ ਹੀ ਪੈਣਾ। ਤਾਂ ਇੱਕ ਛੋਟੀ ਜਿਹੀ ਕਹਾਣੀ ਆ, ਆਓ ਸਮਝ ਗਏ ਆਪਾਂ। ਕੋਈ ਮਛੇਰਾ ਸੀਗਾ, ਦਰਿਆ ਦੇ ਕਿਨਾਰੇ ਮੱਛੀਆਂ ਫੜ ਰਿਹਾ। ਉਹਨੇ ਇੱਕ ਮੱਛੀ ਫੜੀ ਆ ਜੇ, ਅਤੇ ਜਦੋਂ ਮੱਛੀ ਉਹਦੇ ਜਾਲ ਵਿੱਚ ਫਸੀ ਆ ਅਤੇ ਉਹਨੂੰ ਵਾਪਸ ਉਹ ਲਿਜਾਣਾ ਚਾਹੁੰਦਾ ਸੀ ਘਰ ਦੇ ਵਿੱਚ, ਅਤੇ ਉਦੋਂ ਕੋਈ ਆਇਆ ਨੌਜਵਾਨ, ਬਹੁਤ ਜ਼ਿਆਦਾ ਤਕੜਾ ਸੀ ਸਰੀਰ ਕਰਕੇ, ਉਹਨੇ ਜ਼ੋਰ ਨਾਲ ਉਹਨੂੰ ਧੱਕਾ ਮਾਰ ਕੇ ਉਹਦੀ ਮੱਛੀ ਉਹਦੇ ਹੱਥ ਵਿੱਚੋਂ ਫੜੀ ਹੋਈ ਆਪ ਰੱਖ ਲਈ। ਜ਼ਬਰ ਕੀਤਾ, ਧੱਕੇਸ਼ਾਹੀ ਕੀਤੀ, ਆਖਿਆ ਇਹ ਮੇਰੀ ਹੋਈ ਆ। ਉਹਨੇ ਆਖਿਆ ਮੇਰੀ ਮਿਹਨਤ ਆ ਇਹ, ਉਹਨੇ ਆਖਿਆ ਕੋਈ ਮਿਹਨਤ ਨਹੀਂ, ਜਿਹਦਾ ਜ਼ੋਰ ਆ ਉਹਦੀ ਹੋਈ ਇਹ ਚੀਜ਼ ਹੁੰਦੀ ਆ। ਤਾਂ ਉਦੋਂ ਫਿਰ ਉਹਨੇ ਮੱਛੀ ਜਦੋਂ ਖੋਲ੍ਹੀ ਆ ਜਾ ਰਿਹਾ, ਮੱਛੀ ਹਜੇ ਤੜਫ ਰਹੀ ਆ, ਹਜੇ ਮਰੀ ਨਹੀਂ ਸੀ। ਉਹ ਮੱਛੀ ਨੇ ਫਿਰ ਕੀ ਕੀਤਾ, ਤੜਫਦੀ ਹੋਈ ਨੇ, ਘਬਰਾਈ ਹੋਈ ਨੇ, ਅਤੇ ਉਹਨੇ ਉਹਦੇ ਅੰਗੂਠੇ ਨੂੰ ਕੱਟ ਲਿਆ ਜਿਹੜਾ ਨੌਜਵਾਨ ਧੱਕੇਸ਼ਾਹੀ ਕਰਦਾ ਸੀ, ਘਰ ਚਲਾ ਗਿਆ। ਅਤੇ ਬਾਅਦ ਵਿੱਚ ਉਹ ਜ਼ਖਮ ਜਿਹੜਾ ਹੌਲੀ ਹੌਲੀ ਖੂਨ ਜਦੋਂ ਨਿਕਲਣ ਲੱਗਾ ਤਾਂ ਡਾਕਟਰ ਕੋਲ ਗਿਆ, ਡਾਕਟਰ ਨੇ ਪੱਟੀ ਕੀਤੀ ਆ। ਅਗਲੇ ਦਿਨ ਜਦੋਂ ਫਿਰ ਗਿਆ, ਦਰਦ ਨਹੀਂ ਹਟਿਆ, ਡਾਕਟਰ ਨੇ ਕਿਹਾ ਇਹ ਕੀ ਹੋ ਗਿਆ, ਪਾਵੇ ਅੱਗੇ ਵੱਧ ਰਿਹਾ, ਵੀ ਜੇ ਤੂੰ ਇਹਦਾ ਇਲਾਜ ਨਾ ਕਰਵਾਇਆ ਤਾਂ ਹੱਥ ਕੱਟਣਾ ਪਊਗਾ। ਉਹ ਹੋਰ ਵੱਧ ਗਿਆ, ਜਦੋਂ ਰੋਗ ਇੰਨਾ ਵਧਿਆ, 3-4 ਦਿਨਾਂ ਬਾਅਦ ਉਹਨੂੰ ਕਹਿਣ ਲੱਗੇ ਵੀ ਤੇਰੀ ਤਾਂ ਕੂਹਣੀ ਤੱਕ ਇਹ ਕੱਟਣੀ ਪਵੇਗੀ ਬਾਂਹ। ਠੀਕ ਆ, ਇਸ ਤਰ੍ਹਾਂ ਭਾਵ ਕਿ ਨਹੀਂ ਤਾਂ ਤੂੰ ਜ਼ਹਿਰ ਜਿਹੜਾ ਅੱਗੇ ਫੈਲ ਜਾਵੇਗਾ। ਇਹ ਚੀਜ਼ ਆ ਜਿਹੜੀ ਇੰਨੀ ਰਿਸਣ ਲੱਗ ਗਿਆ, ਜ਼ਖਮ ਇੱਕ ਕੱਟ ਦੇ ਨਾਲ ਹੀ ਆਪਾਂ ਕਈ ਵਾਰੀ ਵੇਖਦੇ ਹਾਂ ਕਿੱਡੀ ਵੱਡੀ ਬਿਮਾਰੀ ਹੋ ਜਾਂਦੀ ਆ। ਨਿੱਕਾ ਜਿਹਾ ਰੋਗ, ਨਿੱਕਾ ਜਿਹਾ ਜਿਹੜਾ ਕਿਵੇਂ ਵੱਡਾ ਕੈਂਸਰ ਬਣ ਜਾਂਦਾ, ਪਤਾ ਹੀ ਨਹੀਂ ਲੱਗਦਾ ਕਈ ਵਾਰੀ ਬੰਦੇ ਨੂੰ, ਨਾ ਮੁਰਾਦ ਬਿਮਾਰੀਆਂ ਕਿੰਨੀਆਂ ਨੇ, ਇਵੇਂ ਉਹਦੇ ਨਾਲ ਘਟਨਾ ਹੋਈ ਹੈ। ਹੌਲੀ ਹੌਲੀ ਫਿਰ ਇਹ ਰੋਗ ਇੰਨਾ ਇੱਕ ਵੱਧ ਗਿਆ ਵੀ ਉਹਦੇ ਮੋਢੇ ਤੱਕ ਆ ਗਿਆ। ਜਦੋਂ ਮੋਢੇ ਤੱਕ ਆ ਗਿਆ, ਆਖਣ ਲੱਗੇ ਵੀ ਹੁਣ ਕੋਈ ਇਲਾਜ ਨਹੀਂ, ਜੇ ਤੂੰ ਆਪਦੀ ਜਾਨ ਬਚਾਉਣੀ ਆ ਇੱਥੋਂ ਤੇਰੀ ਬਾਂਹ ਕੱਟਣੀ ਪਊਗੀ। ਫਿਰ ਕੱਟਣੀ ਪਈ, ਆਪਰੇਸ਼ਨ ਵੀ ਹੋਇਆ, ਸਭ ਕੁਝ ਹੋ ਗਿਆ। ਫਿਰ ਉਹ ਕਹਿਣ ਲੱਗੇ ਭਾਈ ਤਾਂ ਇੱਥੋਂ ਕੋਈ ਗਲਤੀ ਹੋਈ ਆ, ਵੀ ਯਾਦ ਕਰ। ਵੀ ਉਹ ਸੋਚਣ ਲੱਗਾ ਵੀ ਮੈਂ ਕੀਤਾ ਕੀ ਸੀ, ਯਾਦ ਆਇਆ ਵੀ ਮਿਹਨਤ ਕਿਸੇ ਦੀ ਸੀ ਅਤੇ ਮੈਂ ਧੱਕੇਸ਼ਾਹੀ ਕਰਕੇ ਮਛੇਰੇ ਤੋਂ ਮੱਛੀ ਖੋਹ ਕੇ ਲਿਆਂਦੀ ਸੀ। ਇੱਕ ਜੀਵ ਦੇ ਸਵਾਦ ਵਾਸਤੇ ਬੰਦਾ ਕੀ ਕੁਝ ਕਰਦਾ। ਦੇਖੋ ਜੀ, ਬਹੁਤ ਜ਼ਿਆਦਾ ਊਣ ਤਾਈਆਂ ਜ਼ਿੰਦਗੀ ਵਿੱਚ ਗਲਤੀਆਂ ਕਰਦਾ, ਸੋਚਦਾ ਅੱਗੇ ਪੁੱਛ ਨਾ ਹੋਵੀ ਜੇ ਸਣ ਨਹੀਂ ਸਾਣੇ ਜਾਏ। ਵੀ ਇਹਨੂੰ ਇਉਂ ਹੁੰਦਾ ਵੀ ਦਰਗਾਹ ਦੇ ਵਿੱਚ ਕਿਹੜਾ ਕਿਸੇ ਨੇ ਪੁੱਛਣਾ, ਧੱਕੇਸ਼ਾਹੀ ਕਰਦਾ ਹੈ। ਤਾਂ ਇਹ ਚੀਜ਼ਾਂ ਬੰਦਾ ਕਰਦੇ ਹੀ ਆਪਾਂ ਵੇਖਦੇ ਹਾਂ, ਪਰ ਇਹਨੂੰ ਪਤਾ ਹੀ ਨਹੀਂ। ਤੈਸੋ ਜੈਸਾ ਕਾਢੀ ਹੈ ਜੈਸੀ ਕਾਰ ਕਮਾਏ। ਬੰਦਾ ਜਿਹੋ ਜਿਹੇ ਕਰਮ ਕਮਾਉਂਦਾ ਵੀ ਉਹੋ ਜਿਹਾ ਹੀ ਉਹਨੂੰ ਆਖਿਆ ਜਾਊਗਾ ਵੀ ਇਹ ਭੋਗੀ ਆ, ਇਹ ਪਾਪੀ ਆ। ਜੇ ਪਾਪ ਕਰਦਾ ਤਾਂ ਪਾਪੀ ਹੋਈ ਕਹਾਂਗੇ ਨਾ।
ਅਤੇ ਜੇ ਬੰਦਗੀ ਕਰਦਾ ਸੰਤੀ ਕਹਾਂਗੇ। ਫਿਰ ਉਹਨੂੰ ਯਾਦ ਆਇਆ, ਡਾਕਟਰਾਂ ਨੇ ਉਹਨੂੰ ਵੀ ਆਖਿਆ ਵੀ ਜੇ ਗਲਤੀ ਹੋਈ ਹੈ ਜਾ ਕੇ ਮਾਫ਼ੀ ਮੰਗ। ਫਿਰ ਬਹੁਤ ਭੱਜਿਆ, ਕਿਵੇਂ ਨਾ ਕਿਵੇਂ ਕਰਕੇ ਉਹ ਮਛੇਰੇ ਨੂੰ ਲੱਭਿਆ। ਕਹਿਣ ਲੱਗਾ ਵੀ ਮੈਨੂੰ ਇਉਂ ਦੱਸ ਵੀ ਤੂੰ ਕੀਤਾ ਕੀ ਆ, ਵੀ ਕੋਈ ਸਰਾਪ ਦਿੱਤਾ ਮੈਨੂੰ, ਵੀ ਮੇਰੀ ਜ਼ਿੰਦਗੀ ਕਿੱਦਾਂ ਦੀ ਬਣ ਗਈ ਆ। ਉਹ ਕਹਿਣ ਲੱਗਾ ਵੀ ਤੂੰ ਕੀਤਾ ਕੀ ਆ ਦੱਸ। ਉਹ ਜਿਹੜਾ ਮਛੇਰਾ ਸੀ ਉਹਨੇ ਹੱਥ ਜੋੜੇ, ਕਹਿੰਦਾ ਮੈਂ ਕੀ ਕਰਨ ਜੋਗਾ, ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ, ਜੋ ਕੀਤਾ ਤੁਸੀਂ ਕੀਤਾ, ਤੁਸੀਂ ਧੱਕਾ ਕੀਤਾ ਮੇਰੇ ਨਾਲ। ਉਦੋਂ ਬਾਅਦ ਮੈਂ ਇੱਕ ਹੀ ਗੱਲ ਆਖੀ ਭਗਵਾਨ ਜੀ ਨੂੰ, ਰੱਬ ਨੂੰ, ਕਿ ਹੇ ਰੱਬ ਜੀ, ਇਹ ਬੰਦੇ ਨੇ ਮੇਰੇ ਉੱਪਰ ਆਪਣੀ ਤਾਕਤ ਦਿਖਾਈ ਹੈ, ਦੇਖੋ ਮਿਹਨਤ ਮੇਰੀ ਸੀ, ਮੇਰਾ ਹਿੱਸਾ ਲੈ ਗਿਆ, ਅਤੇ ਹੇ ਭਗਵਾਨ ਜੀ ਇਹ ਤਾਕਤ ਦਿਖਾਉਂਦਾ ਫਿਰਦਾ, ਹੁਣ ਇੱਕ ਵਾਰੀ ਤੁਸੀਂ ਇਹਨੂੰ ਆਪਣੀ ਤਾਕਤ ਦਿਖਾ ਦਿਓ ਵੀ ਤੁਹਾਡੀ ਤਾਕਤ ਕੀ ਹੁੰਦੀ ਹੈ। ਤਾਂ ਆਪਾਂ ਕਹਿੰਦੇ ਹਾਂ ਜਦੋਂ ਰੱਬ ਦੀ ਮਾਰ ਪੈਂਦੀ ਆ ਤਾਂ ਉਦੋਂ ਬੰਦਾ ਜਿਹੜਾ ਹੈ ਉਹਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਹੋ ਗਿਆ, ਉਦੋਂ ਕੋਈ ਹੱਲ ਵੀ ਨਹੀਂ ਨਿਕਲਦਾ ਉਹਦੇ ਤੋਂ। ਰੱਬ ਦੀ ਮਾਰ ਦੀ ਆਵਾਜ਼ ਨਹੀਂ ਹੁੰਦੀ, ਸੱਟ ਜਿਹੜੀ ਬੜੀ ਡੂੰਘੀ ਹੁੰਦੀ ਆ। ਮੈਂ ਆਖਿਆ ਸੀ ਹੇ ਭਗਵਾਨ ਜੀ ਇਹਨੂੰ ਤਾਕਤ ਦਿਖਾਓ, ਇਹ ਤਾਕਤ ਦਿਖਾਉਂਦਾ ਫਿਰਦਾ। ਗੱਲ ਇਹ ਆ ਸਾਧ ਸੰਗਤ ਜੀ, ਜਦੋਂ ਕਿਸੇ ਦਾ ਵੀ ਅਸੀਂ ਹੱਕ ਖਾਵਾਂਗੇ, ਇਹ ਤਾਂ ਇੱਕ ਛੋਟੀ ਜਿਹੀ ਕਹਾਣੀ ਸੀ ਤੁਹਾਨੂੰ ਸਮਝਾਉਣ ਦੀ ਖਾਤਰ। ਹੱਕ ਪਰਾਇਆ ਨਾਨਕਾ ਔਰ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਪਰਾਇਆ ਹੱਕ ਮੁਸਲਮਾਨਾਂ ਲਈ ਸੂਰ ਅਤੇ ਹਿੰਦੂਆਂ ਦੇ ਵਾਸਤੇ ਗਾਂ ਦੇ ਸਮਾਨ ਆ। ਗੁਰੂ ਪੈਗੰਬਰ, ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਗੁਰੂ ਪੈਗੰਬਰ ਤਾਂ ਹੀ ਸਿਫਾਰਸ਼ ਕਰਦੇ ਆ ਜੇ ਬੰਦਾ ਪਰਾਇਆ ਹੱਕ ਨਾ ਖਾਵੇ। ਇਹ ਆਤਮਕ ਆਗੂ ਜਿਹੜੇ ਆ ਨਾ ਸਾਡੇ ਪੈਗੰਬਰ ਆ, ਉਹ ਤਾਂ ਹੀ ਗਵਾਹੀ ਦਿੰਦੇ ਆ, ਗੱਲੀ ਭੈਸਤ ਨਾ ਜਾਈਏ, ਛੁੱਟੇ ਸੱਚ ਕਮਾਏ। ਨਰੀਆਂ ਗੱਲਾਂ ਕਰਨ ਦੇ ਨਾਲ ਥੋੜ੍ਹੀ ਪ੍ਰਾਪਤੀ ਹੁੰਦੀ ਹੈ। ਤਾਂ ਕਈ ਵਾਰੀ ਅਸੀਂ ਵੀ ਕਿਸੇ 'ਤੇ ਆਪਣਾ ਜ਼ੋਰ ਦਿਖਾਉਂਦੇ ਹਾਂ, ਪਰ ਜਦੋਂ ਰੱਬ ਆਪਦਾ ਜ਼ੋਰ ਦਿਖਾਉਂਦਾ ਉਦੋਂ ਅਸੀਂ ਰੋਂਦੇ ਹਾਂ ਵੀ ਇਹ ਸਾਡੇ ਨਾਲ ਕੀ ਹੋ ਗਿਆ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਭਾਈ ਇਹ 'ਚ ਕਰਮਾਂ ਦੇ ਉੱਪਰ ਸਾਰੀ ਗੱਲ ਆ ਕੇ ਨਿਬੜਦੀ ਆ। ਕਰਮ ਫਲ ਭੋਗਣਾ ਹੀ ਪੈਂਦਾ, ਅੱਜ ਭੋਗ ਲਓ ਕੱਲ੍ਹ ਭੋਗ ਲਓ, ਕਰਮਾਂ ਦਾ ਲਿਖਿਆ ਮਿਟ ਹੀ ਨਹੀਂ ਸਕਦਾ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਆਪਾਂ ਪੜ੍ਹਦੇ ਹਾਂ ਨਾ ਵੀ ਪਰਮਾਤਮਾ ਦੇ ਜਿਹੜੇ ਲੇਖ ਹੁੰਦੇ ਆ ਇਹ ਮਿਟ ਨਹੀਂ ਸਕਦੇ ਕਦੇ ਵੀ। ਪਰ ਜਦੋਂ ਆਪਾਂ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ, ਉਹਨਾਂ ਦੀਆਂ ਅਸੀਸਾਂ ਆਪਾਂ ਨੂੰ ਮਿਲਦੀਆਂ ਹਨ, ਆਪਾਂ ਉਦੋਂ ਸਾਨੂੰ ਉਹਨਾਂ ਸਾਰੇ ਆਪਣੇ ਲੱਗਦੇ ਆ। ਫਿਰ ਆਪਾਂ ਕਿਹਦੇ ਨਾਲ ਜ਼ੋਰ ਕਰਨਾ, ਕਿਉਂਕਿ ਬੰਦਾ ਕਦੇ ਵੀ ਦੇਖੋ ਜਦੋਂ ਸਾਰੇ ਆਪਣੇ ਲੱਗਣ ਲੱਗ ਜਾਣ, ਆਪਾਂ ਆਪਣਿਆਂ ਨੂੰ ਪਿਆਰ ਕਰਦੇ ਹਾਂ, ਜਿਹਨੂੰ ਆਪਣਾ ਬਣਾ ਲੈਂਦੇ ਹਾਂ, ਉਹਦੇ ਲਈ ਅਰਦਾਸਾਂ ਕਰਦੇ ਹਾਂ, ਜਦੋਂ ਸਾਰੀ ਦੁਨੀਆ ਆਪਦੀ ਬਣ ਜਾਂਦੀ ਹੈ, ਫਿਰ ਤਾਂ ਭਾਈ ਸਰਬੱਤ ਦੇ ਭਲੇ ਦੀ ਬੰਦਾ ਅਰਦਾਸ ਕਰਦਾ। ਬਹੁਤ ਸਾਖੀ ਦੇਖੋ, ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਨਾਨਕ ਸਰ ਕਲੇਰਾਂ ਵਾਲੇ, ਐਸੇ ਮਹਾਂਪੁਰਖ ਹੋਏ ਆ, ਉਹਨਾਂ ਦਾ ਜੀਵਨ ਪੜ੍ਹੋ ਤੁਸੀਂ, ਬਹੁਤ ਨਾਮ ਦੀ ਕਮਾਈ ਕੀਤੀ। ਹੋਰ ਵੀ ਮਹਾਂਪੁਰਖ ਹਨ, ਆਓ ਆਪ ਸਾਖੀ ਸਰਵਣ ਕਰਦੇ ਹਾਂ। ਇਵੇਂ ਸਿੱਖ ਜਗਤ ਦੇ ਪ੍ਰਸਿੱਧ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ, ਸ਼ਾਇਦ ਤੁਸੀਂ ਨਾਮ ਸੁਣਿਆ ਹੋਵੇ, ਹੋਤੀ ਮਰਦਾਨ ਵਾਲਿਆਂ ਦੀ ਕਰਨੀ ਕਮਾਈ ਤੋਂ ਸਿੱਖ ਤਾਂ ਪ੍ਰਭਾਵਿਤ ਸੀਗੇ, ਹਿੰਦੂ ਵੀਰ ਪਠਾਨ ਵੀ ਪ੍ਰਭਾਵਿਤ ਸੀ ਉਹਨਾਂ ਦੀ ਕਮਾਈ ਤੋਂ। ਇੱਕ ਪਠਾਨ ਮਹਾਂਪੁਰਖਾਂ ਦੀ ਚਰਨ ਸ਼ਰਨ 'ਚ ਆਇਆ ਅਤੇ ਮਹਾਂਪੁਰਖਾਂ ਦੇ ਚਰਣਾਂ ਵਿੱਚ ਕੁਝ ਪਦਾਰਥ ਅਰਪਣ ਕੀਤੇ, ਬੇਨਤੀ ਕਰਕੇ ਕਹਿਣ ਲੱਗਾ ਮਹਾਂਪੁਰਖੋ ਮੇਰੀ ਇੱਛਾ ਪੂਰੀ ਹੋਵੇ, ਵੀ ਮੈਂ ਸੁਣਿਆ ਜਿਹੜਾ ਵੀ ਤੁਹਾਡੇ ਦਰ 'ਤੇ ਆਉਂਦਾ ਖਾਲੀ ਨਹੀਂ ਜਾਂਦਾ, ਉਹਨਾਂ ਦੇ ਕਰਮ ਜਿਹੜਾ ਹੈ ਤੁਸੀਂ ਬਦਲ ਦਿੰਦੇ ਹੋ, ਜੋ ਲਿਖੇ ਹੁੰਦੇ ਆ ਚੰਗੀ ਲੇਖ ਲਿਖ ਦਿੰਦੇ ਹੋ, ਤੁਹਾਡੀ ਅਰਦਾਸ ਵਿੱਚ ਸ਼ਕਤੀ ਹੈ, ਜਿਵੇਂ ਤੁਸੀਂ ਦੂਜਿਆਂ 'ਤੇ ਕਿਰਪਾ ਕਰਦੇ ਹੋ ਬਾਕੀ ਸ਼ਰਧਾਲੂਆਂ 'ਤੇ, ਅਤੇ ਮੇਰੇ 'ਤੇ ਵੀ ਕਿਰਪਾ ਕਰ ਦਿਓ,
ਮੇਰੀ ਇੱਛਾ ਪੂਰੀ ਹੋ ਜਾਵੇ। ਮਹਾਂਪੁਰਖਾਂ ਨੇ ਪੁੱਛਿਆ, ਭਾਈ ਤੇਰਾ ਮਨੋਰਥ ਕੀ ਆ? ਵੀ ਦੱਸ ਮੈਨੂੰ, ਕੋਈ ਤਾਂ ਗੱਲ ਹੈ ਨਾ, ਕਿਰਪਾ ਕਰ, ਵੀ ਦੱਸਣਾ ਤਾਂ ਕਰ, ਵੀ ਕੀ ਚਾਹੁੰਦਾ ਕੀ ਆ? ਪਠਾਣ ਕਹਿਣ ਲੱਗਾ, ਜੀ ਅਸਲ ਦੇ ਵਿੱਚ ਮੇਰੀ ਇਹ ਇੱਛਾ ਹੈ, ਕੋਈ ਖੂਬਸੂਰਤ ਹਿੰਦੂਆਂ ਦੀ ਲੜਕੀ ਆ, ਉਹਨੇ ਮਹਾਂਪੁਰਖਾਂ ਕੋਲ ਆ ਕੇ ਕਹਿ ਦਿੱਤਾ, ਸੰਗਿਆ ਨਹੀਂ, ਵੀ ਮੈਂ ਉਹਦੇ ਨਾਲ ਸ਼ਾਦੀ ਕਰਵਾਉਣਾ ਚਾਹੁੰਦਾ, ਮੇਰੀ ਇਹ ਇੱਛਾ ਵਾ। ਵੀ ਦੂਜੀ ਗੱਲ ਇਹ ਆ, ਵੀ ਮੁਸਲਮਾਨ ਮੇਰੇ ਨਾਲ ਵੈਰ ਕਰਦੇ ਆ, ਵੈਰ ਦੀ ਭਾਵਨਾ ਇੰਨੀ ਜ਼ਿਆਦਾ ਹੈ ਵੀ ਜਿਵੇਂ ਕੱਟੜਤਾ ਉਹਨਾਂ ਵਿੱਚ ਬਹੁਤ ਜ਼ਿਆਦਾ, ਉਹ ਦੁਸ਼ਮਣੀ ਮੇਰੇ ਨਾਲ ਪਾਈ ਫਿਰਦੇ ਆ। ਮਹਾਂਪੁਰਖਾਂ ਨੇ ਆਖਿਆ, ਵੀ ਤੇਰੀ ਸਮਝ ਦੀ ਗੱਲ ਆ, ਬਾਕੀ ਗੁਰੂ ਕਿਰਪਾ ਕਰੇ ਦੁਸ਼ਮਣੀ ਵੀ ਮਿਟ ਜਾਂਦੀ ਹੁੰਦੀ ਹੈ। ਦੂਤ ਦੁਸ਼ਮਣ ਸਭ ਸੱਜਣ ਹੋਏ, ਇੱਕੋ ਸਵਾਮੀ ਆਇਆ ਜੀ। ਵੀ ਜੇ ਤੇਰੀ ਕਿਸੇ ਨਾਲ ਵੈਰ ਦੀ ਭਾਵਨਾ ਜਾਂ ਉਹ ਤੇਰੇ ਨਾਲ ਵੈਰ ਰੱਖ ਰਹੇ ਆ, ਗੁਰੂ ਰਹਿਮਤ ਕਰ ਦੇਵੇ, ਦੂਤ ਦੁਸ਼ਮਣ ਸਾਰੇ ਸੱਜਣ ਹੋ ਜਾਂਦੇ ਆ, ਬਾਕੀ ਇੱਛਾ ਵੀ ਪੂਰੀ ਹੋਜੂਗੀ ਜੇ ਤੂੰ ਭਾਈ ਅਰਦਾਸ ਬੇਨਤੀ ਕਰੇਗਾ, ਵਿਕਾਰ ਵੀ ਮਿਟ ਜਾਣਗੇ, ਦੁਸ਼ਮਣੀ ਵੀ ਖਤਮ ਹੋ ਜਾਏਗੀ, ਪਰ ਸਾਡਾ ਇੱਕ ਬਚਨ ਮੰਨਣਾ ਪੈਣਾ, ਕਰਮ ਕਰਨਾ ਪੈਣਾ। ਪਠਾਣ ਨੇ ਕਿਹਾ, ਵੀ ਹੁਕਮ ਕਰੋ। ਸੰਤਾਂ ਨੇ ਆਖਿਆ, ਵੀ ਤੂੰ ਹੈ ਅਸਲ ਦੇ ਵਿੱਚ ਪਠਾਣ, ਪੜ੍ਹਦਾ ਹੋਵੇਂਗਾ ਕਲਾਮ, ਕਰਦਾ ਹੋਵੇਂਗਾ ਬੰਦਗੀ। ਉਹਨੇ ਆਖਿਆ, ਵੀ ਚਲੋ ਸਮਾਂ ਜਿੰਨਾ ਕੁ ਲੱਗਦਾ ਮੈਂ ਕਰਦਾ। ਮਹਾਂਪੁਰਖਾਂ ਨੇ ਆਖਿਆ, ਭਾਈ ਤੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਤੋਂ ਇੱਕ ਦਾਤ ਲੈ ਕੇ ਜਾ, ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਇਹ ਰੱਬੀ ਕਲਾਮ ਪੜ੍ਹਿਆ ਕਰ, ਇਹ ਅੱਲਾ ਦਾ ਹੀ ਨਾਮ ਆ, ਇੱਥੇ ਯਕੀਨ ਕਰ। ਭਾਵ ਕਿ ਉਹਨੂੰ ਮੰਤਰ ਦੇ ਦਿੱਤਾ, ਜਿਹਨੂੰ ਆਪਾਂ ਮੂਲ ਮੰਤਰ ਕਹਿ ਦਿੰਦੇ ਹਾਂ, ਵੀ ਸ਼ਕਤੀ ਵਾਲਾ ਹੈ, 8 ਘੰਟੇ ਮਸੀਤ ਵਿੱਚ ਬੈਠ ਕੇ ਜਪ, ਇਹਨੂੰ ਗੁਪਤ ਰੂਪ ਵਿੱਚ ਜਪਣਾ, 40 ਦਿਨਾਂ ਵਿੱਚ ਨਾਗਾ ਨਹੀਂ ਪਾਉਣਾ। ਜਦੋਂ 4-5 ਦਿਨ ਹੀ ਹੋਏ ਸੀ, ਮੁਸਲਮਾਨ ਜਿਹੜੇ ਵੈਰ ਕਰਦੇ ਸੀ ਆਪੇ ਹੀ ਸਲਾਮਾਂ ਕਰਨ ਲੱਗ ਗਏ ਸੀ ਸਾਧ ਸੰਗਤ ਜੀ, ਜਿਨ੍ਹਾਂ ਦੇ ਨਾਲ ਭਾਵ ਕਿ ਦੁਸ਼ਮਣੀ ਸੀਗੀ ਬਹੁਤ ਜ਼ਿਆਦਾ, ਕਹਿੰਦੇ ਸੀਗੇ ਤੂੰ ਤਾਂ ਬੰਦਗੀ ਕਰਨ ਲੱਗਿਆ, ਇਸ ਕਰਕੇ ਅਸੀਂ ਵੈਰ ਛੱਡ ਦਿੱਤਾ, ਵੀ ਪਹਿਲਾਂ ਤੈਨੂੰ ਮਾਰਨਾ ਸੀਗਾ ਪਰ ਹੁਣ ਨਹੀਂ ਮਾਰਾਂਗੇ, ਕਿਉਂਕਿ ਕਿਸੇ ਬੰਦਗੀ ਵਾਲੀ ਰੂਹ ਨੂੰ ਮਾਰਨਾ ਬੱਜਰ ਗਲਤੀ ਆ, ਅਸੀਂ ਹਥਿਆਰ ਛੱਡਤੇ ਆ। 25 ਦਿਨ ਹੋ ਗਏ ਨਾ ਜਦੋਂ ਪੂਰੇ ਮਹਾਂਪੁਰਖਾਂ ਨੇ ਆਖਿਆ ਸੀ ਵੀ ਸਭ ਕੁਝ ਠੀਕ ਹੋ ਜਾਏਗਾ, ਕਿਹਾ ਤਾਂ 40 ਦਿਨ ਸੀਗਾ, ਹਜੇ 25 ਦਿਨ ਹੀ ਹੋਏ ਸੀ, ਤਾਂ ਉਹਦੇ ਅੰਦਰ ਦੀ ਵੈਰ ਭਾਵਨਾ ਵੀ ਖਤਮ ਹੋ ਗਈ। ਜਦੋਂ ਇੱਕ ਜਣਾ ਵੈਰ ਭਾਵਨਾ ਛੱਡ ਦੇਵੇ, ਸਾਹਮਣੇ ਵਾਲਾ ਬੰਦਾ ਵੀ ਛੱਡ ਦਿੰਦਾ ਸਾਧ ਸੰਗਤ ਜੀ। ਅਤੇ ਜਦੋਂ 35 ਦਿਨ ਹੋ ਗਏ, ਮਨ ਵਿੱਚ ਜਿਹੜੀ ਵਾਸ਼ਨਾ ਸੀ ਮੂਲ ਮੰਤਰ ਦੀ ਸ਼ਕਤੀ ਕਰਕੇ ਉਹ ਵੀ ਖਤਮ ਹੋ ਗਈ। ਇਹ ਮੂਲ ਮੰਤਰ ਵਿੱਚ ਬੜੀ ਸ਼ਕਤੀ ਆ ਸਾਧ ਸੰਗਤ ਜੀ। ਇਸ ਤਰ੍ਹਾਂ ਮੇਰੇ ਕਹਿਣ ਦਾ ਭਾਵ ਇਹ ਆ ਵੀ ਉਹਨਾਂ ਦਾ ਵਿਕਾਰਾਂ ਵੱਲੋਂ ਫਿਰ ਮਨ ਜਿਹੜਾ ਸੀਗਾ ਮੁੜ ਗਿਆ, ਫਿਰ ਉਹਨਾਂ ਦੇ ਆਪਸ ਵਿੱਚ ਜਿਹੜੇ ਮਤਭੇਦ ਸੀ ਖਤਮ ਹੋ ਗਏ ਆ। ਫਿਰ ਉਹ ਆਇਆ ਸੀਗਾ ਪਠਾਣ ਚੱਲ ਕੇ, ਅਤੇ ਬਾਬਾ ਜੀ ਨੂੰ ਕਹਿਣ ਲੱਗਾ ਵੀ ਤੁਸੀਂ ਆ ਜੋ ਕਲਾਮ ਮੈਨੂੰ ਦਿੱਤਾ ਸੀ, ਪਤਾ ਨਹੀਂ ਇਹਦੇ ਵਿੱਚ ਕੀ ਸ਼ਕਤੀ ਸੀ ਵੀ ਦੁੱਖ ਦੇਣ ਵਾਲੇ ਦੁਸ਼ਮਣ ਵੀ ਮਿੱਤਰ ਹੋ ਗਏ ਆ। ਇੱਛਾ ਐਸੀ ਪੂਰੀ ਹੋਈ ਕਿ ਮੁੜ ਕੇ ਵਿਕਾਰ ਭਾਵਨਾ ਵੀ ਖਤਮ ਹੋ ਗਈ ਹੈ। ਜੋ ਕੁਛ ਕਰੇ ਸੋ ਆਪੇ ਆਪੇ, ਬੁੱਧ ਸਿਆਣਪ ਕਿਛੂ ਨਾ ਜਾਪੈ। ਗੁਰਮੁਖ ਪਿਆਰਿਓ ਤਾਂ ਆਪਣੇ ਆ ਸੰਤਾਂ ਨੂੰ ਆਪ ਸਹਾਈ, ਪਰ ਭਰਮ ਭੁਲਾਵਾ ਲਾਹਿਆ ਜੀ। ਦੇਖੋ 40 ਦਿਨ ਵਾਸਤੇ ਆਖਿਆ ਸੀਗਾ ਵੀ ਨਾਗਾ ਨਹੀਂ ਪਾਉਣਾ, ਇਹ 40 ਦਿਨਾਂ ਦਾ ਕੀ ਰਾਜ ਹੁੰਦਾ? ਅਸਲ ਵਿੱਚ ਮਨੋਵਿਗਿਆਨੀ ਇਹ ਮੰਨਦੇ ਆ ਵੀ ਬੰਦੇ ਦੀ ਜਿਹੜੀ ਆਦਤ ਹੈ ਉਹ 40 ਦਿਨਾਂ ਵਿੱਚ ਪੱਕਦੀ ਹੈ। ਕੋਈ ਵੀ ਆਦਤ ਚੰਗੀ ਜਾਂ ਮਾੜੀ 40 ਦਿਨ ਲਗਾਤਾਰ ਆਪਾਂ ਕਰੀ ਜਾਂਦੇ ਹਾਂ, ਜਿਵੇਂ ਨਸ਼ੇੜੀ 40 ਦਿਨ ਨਸ਼ਾ ਕਰ ਦੇਣ, ਉਹਨਾਂ ਦੀ ਆਦਤ ਪੱਕ ਜਾਂਦੀ ਆ, ਫਿਰ ਉਹਨਾਂ ਨੂੰ ਲੱਗ ਜਾਂਦਾ ਵੀ ਇਹਦੇ ਬਿਨਾਂ ਅਸੀਂ ਰਹਿ ਨਹੀਂ ਸਕਦੇ। ਕੋਈ ਵੀ ਆਦਤ ਬਣਾਉਣੀ ਆ, ਚੰਗੀ ਬਣਾਉਣੀ, ਉਹਨੂੰ 40 ਦਿਨ ਕਰੋ।
ਹੌਲੀ ਹੌਲੀ ਸਹਿਜੇ ਸਹਿਜੇ ਪੱਕ ਜਾਏਗੀ। ਤਾਂ ਹੀ ਤਾਂ ਜਦੋਂ ਆਦਤਾਂ ਪੱਕ ਜਾਂਦੀਆਂ ਨੇ ਫਿਰ ਉਹਨਾਂ ਨੂੰ ਛੱਡਣਾ ਵੀ ਔਖਾ ਲੱਗਦਾ। ਮਹਾਂਪੁਰਖਾਂ ਨੇ ਭਾਈ 40 ਦਿਨ ਜਦੋਂ ਆਖਿਆ ਸੀ ਤਾਂ ਹੌਲੀ ਹੌਲੀ ਅਜੇ 4-5 ਦਿਨ ਹੋਏ ਸੀਗੇ, ਅਤੇ ਹੌਲੀ ਹੌਲੀ ਉਹਨੂੰ ਫਿਰ ਪਤਾ ਲੱਗ ਗਿਆ ਵੀ ਜਪਦੇ ਨੂੰ ਵੀ ਅਸਰ ਹੋ ਰਿਹਾ। ਜਦੋਂ 25 ਦਿਨ ਹੋ ਗਏ ਹੋਰ ਅਸਰ, ਜਦੋਂ 35 ਦਿਨ ਹੋ ਗਏ ਹੋਰ ਅਸਰ, ਫਿਰ ਉਹਨੂੰ ਪਤਾ ਲੱਗਾ ਵੀ ਇਹ ਮੂਲ ਮੰਤਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਵੱਲੋਂ ਬਖਸ਼ੀ ਦਾਤ ਆ। ਜਦੋਂ ਵੇਈ ਨਦੀ ਵਿੱਚੋਂ ਮਹਾਰਾਜ ਬਾਹਰ ਆਏ ਆ 3 ਦਿਨਾਂ ਬਾਅਦ, ਉੱਥੇ ਸੰਤ ਘਾਟ ਗੁਰਦੁਆਰਾ ਸਾਹਿਬ ਆ ਜਿੱਥੋਂ ਬਾਹਰ ਨਿਕਲੇ ਸੀ ਅੱਜ ਸੁਸ਼ੋਭਿਤ ਆ, ਉੱਥੇ ਮੂਲ ਮੰਤਰ ਮਹਾਰਾਜ ਨੇ ਉਚਾਰਿਆ ਸੀ। ਇਹਦੇ ਵਿੱਚ ਬੜੀ ਸ਼ਕਤੀ ਆ, ਜਿਹੜਾ ਵੀ ਇਹਦਾ ਭਾਈ ਜਾਪ ਕਰਦਾ ਉਹਦੀਆਂ ਦੁਨਿਆਵੀ ਇੱਛਾ ਜਿਹੜੀ ਹੁੰਦੀ ਦੇਖੋ ਬੰਦੇ ਦੀ ਉਹ ਤਾਂ ਪੂਰੀ ਹੁੰਦੀ ਆ, ਦੁਸ਼ਮਣ ਵੀ ਮਿੱਤਰ ਬਣ ਜਾਂਦੇ ਏਡੀ ਕਰਾਮਾਤ ਨਾਮ ਦੇ ਵਿੱਚ। ਕਿੰਨੀ ਦਇਆ ਗੋਪਾਲ ਗੁਸਾਈ, ਗੁਰ ਕੇ ਚਰਨ ਵਸੇ ਮਨ ਮਾਹੀ, ਅੰਗੀਕਾਰ ਕੀਆ ਤਿਨ ਕਰਤੈ, ਦੁੱਖਾ ਡੇਰਾ ਢਾਹਿਆ ਜੀਉ, ਮਨ ਤਨ ਵਸਿਆ ਸੱਚਾ ਸੋਈ, ਵਿਖੜਾ ਥਾਂ ਨਾ ਦਿਸੈ ਕੋਈ। ਜਦੋਂ ਵਾਹਿਗੁਰੂ ਨੂੰ ਆਪਦਾ ਮਿੱਤਰ ਬਣਾ ਲਈਏ ਤਾਂ ਦੂਤ ਦੁਸ਼ਮਣ ਸਭ ਸੱਜਣ ਹੋਏ। ਆ ਜਿਹੜੇ ਦੂਤ ਆ ਦੁਸ਼ਮਣ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੇ ਸੱਜਣ ਮਿੱਤਰ ਹੋ ਜਾਂਦੇ ਆ। ਭਾਵ ਇਹ ਫਿਰ ਆਪਣਾ ਕੁਝ ਵਿਗਾੜਦੇ ਨਹੀਂ, ਵਿਗਾੜਦਾ ਆਪਣਾ ਕੌਣ ਆ ਜਿਹੜਾ ਦੁਸ਼ਮਣ ਹੋਵੇ। ਜਦੋਂ ਦੁਸ਼ਮਣ ਹੀ ਮਿੱਤਰ ਬਣ ਗਏ ਫਿਰ ਕਾਰਜ ਵੀ ਸਵਰ ਹੋ ਜਾਂਦੇ ਆ, ਸਫਲ ਹੋ ਜਾਂਦੇ ਆ। ਤਾਂ ਇਹ ਭਾਈ ਇਸ ਤਰ੍ਹਾਂ ਮਹਾਂਪੁਰਖਾਂ ਦੀ ਉੱਥੇ ਗਾਥਾ ਹੋਈ। ਤਾਂ ਸਾਨੂੰ ਇਹ ਕਰਮਾਂ ਦੀ ਜਿਹੜੀ ਖੇਡ ਆ, ਕਰਮਾਂ ਦੇ ਜਿਹੜੇ ਚੱਕਰ ਆ, ਇਹ ਮੂਲ ਮੰਤਰ ਦੁਆਰਾ ਠੀਕ ਹੋ ਸਕਦੇ ਆ। ਅਸਲ ਵਿੱਚ ਮੈਂ ਆਪ ਜੀ ਨੂੰ ਜੋ ਕਹਿਣਾ ਚਾਹੁੰਦਾ, ਇਹ ਬਾਣੀ ਦੇ ਅਭਿਆਸ ਨਾਲ ਠੀਕ ਹੋ ਸਕਦਾ, ਜੇ ਉਹ ਮੱਥੇ ਦੇ ਪੁੱਠੇ ਲੇਖ ਆ ਸਿੱਧੇ ਹੋ ਸਕਦੇ ਆ। ਇਹ ਸੱਚ ਹੈ, ਲੇਖ ਨਾ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰ, ਪਰਮਾਤਮਾ ਦਾ ਲਿਖਿਆ ਕੋਈ ਮੇਟ ਨਹੀਂ ਸਕਦਾ, ਪਰ ਹਾਂ ਉਹ ਆਪ ਮੇਟ ਸਕਦਾ। ਦੇਖੋ ਸਾਧ ਸੰਗਤ ਜੀ, ਬਾਕੀ ਅਰਦਾਸ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਆ। ਮੈਂ ਤੁਹਾਡੇ ਨਾਲ ਇੱਕ ਹੋਰ ਛੋਟੀ ਜੀ ਇੱਕ ਗਾਥਾ ਸਾਂਝੀ ਕਰਨੀ ਚਾਹੁੰਦਾ। ਕਿਹਾ ਜਾਂਦਾ ਦੇਖੋ ਬਾਬਰ ਰਾਜਾ ਕਿੰਨੇ ਹਮਲੇ ਕੀਤੇ, ਉਹਨੇ ਕਿੰਨਾ ਹਿੰਦੁਸਤਾਨ ਨੂੰ ਖੂਬ ਲੁੱਟਿਆ, ਅਤੇ ਬਾਬਰ ਦਾ ਪੁੱਤਰ ਬਿਮਾਰੀ ਕਾਰਨ ਹਮਾਇਓਂ ਜਦੋਂ ਮਰਨ ਕਿਨਾਰੇ ਪਿਆ ਸੀ, ਬਾਬਰ ਨੇ ਉਹਦੇ ਮੰਜੇ ਦੁਆਲੇ ਚੱਕਰ ਕੱਟਦਿਆਂ ਖੁਦਾ ਅੱਗੇ ਅਰਦਾਸ ਕੀਤੀ। ਉਹ ਅਰਦਾਸ ਕੀ ਸੀ? ਉਹਨੇ ਵੀ ਦੇਖੋ ਪਾਪੀ ਬੰਦਾ ਇੱਕ ਅਰਦਾਸ ਕਰ ਰਿਹਾ, ਉਹਦੀ ਅਰਦਾਸ ਕਬੂਲ ਹੋ ਗਈ ਸੀ। ਉਹਨੇ ਆਖਿਆ ਸੀ, ਯਾ ਅੱਲਾ ਮੇਰੇ ਪੁੱਤਰ ਨੂੰ ਠੀਕ ਕਰ ਦੇ ਅਤੇ ਇਹਦਾ ਰੋਗ ਮੈਨੂੰ ਦੇ ਦੇ। ਕਹਿੰਦੇ ਆ ਵੀ ਹਮਾਇਓਂ ਬਚ ਗਿਆ। ਇਹ ਅਰਦਾਸ ਹਰ ਬਜ਼ੁਰਗ ਬਾਪ ਕਰਦਾ, ਪਰ ਇਹ ਅਰਦਾਸ ਕਹਾਣੀ ਤਾਂ ਬਣੀ ਸੀ ਕਿਉਂਕਿ ਇਹ ਅਰਦਾਸ ਇੱਕ ਬਾਦਸ਼ਾਹ ਨੇ ਕੀਤੀ ਸੀ। ਇਵੇਂ ਨਾ ਕਈ ਵਾਰੀ ਭਾਵ ਕੀ ਕਹਿਣ ਦਾ ਭਾਵ ਇਹ ਆ ਵੀ ਇਹ ਪ੍ਰਸਿੱਧ ਲੋਕ ਜਿਹੜੇ ਹੁੰਦੇ ਆ ਉਹਨਾਂ ਦੀਆਂ ਤਾਂ ਸਧਾਰਨ ਗੱਲਾਂ ਵੀ ਵਿਚਿੱਤਰ ਕਹਾਣੀਆਂ ਬਣ ਜਾਂਦੀਆਂ, ਅਤੇ ਅਸੀਂ ਵੀ ਉਹ ਲੋਕ ਹਾਂ ਜਿਹੜੇ ਪੈਸਾ ਦੇਖ ਕੇ ਵੱਡੀਆਂ ਗੱਡੀਆਂ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਹਾਂ, ਪਰ ਸਾਨੂੰ ਅਸਲ ਦੇ ਵਿੱਚ ਨਾਮ ਦੇ ਰਸੀਏ, ਨਾਮ ਦੀ ਕਮਾਈ ਵਾਲੇ ਜਿਹੜੇ ਮਹਾਂਪੁਰਖ ਆ ਉਹਨਾਂ ਦਾ ਜੀਵਨ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ। ਫਿਰ ਸਾਨੂੰ ਪਤਾ ਲੱਗਦਾ ਵੀ ਹਾਂ ਸਭ ਤੋਂ ਉੱਪਰ ਕੀ ਆ? ਬੰਦਗੀ ਆ, ਨਾਮ ਆ, ਸਿਮਰਨ ਆ, ਇਸ ਤੋਂ ਉੱਪਰ ਕੁਝ ਵੀ ਨਹੀਂ। ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ, ਨਾਮ ਤੋਂ ਬਿਨਾਂ ਤਾਂ ਭਾਈ ਸਾਰੀਆਂ ਚੀਜ਼ਾਂ ਹੀ ਹੋਛੀਆਂ ਹੁੰਦੀਆਂ ਨੇ। ਆਪਾਂ ਦੇਖਦੇ ਹਾਂ ਪਿਛਲੀਆਂ ਕੁਝ ਸਦੀਆਂ ਦੇ ਦੌਰਾਨ ਵਿਗਿਆਨ ਨੇ ਕਿੰਨੀ ਤੇਜ਼ੀ ਕੀਤੀ ਆ, ਵਿਕਾਸ ਕਿੰਨਾ ਹੋਇਆ, ਅਤੇ ਉਹਦੇ ਨਾਲ ਜਿਹੜਾ ਬੰਦਾ ਪਹਿਲਾਂ ਨਾਲੋਂ ਜ਼ਿਆਦਾ ਸੋਚਣ ਲੱਗ ਪਿਆ। ਅਸਲ ਦੇ ਵਿੱਚ ਗੱਲ ਇਹ ਆ ਵੀ ਕਾਹਲੀ ਆਈ ਆ ਸੁਭਾਅ ਦੇ ਵਿੱਚ, ਸਹਿਣਸ਼ੀਲਤਾ, ਸਬਰ, ਸੰਤੋਖ, ਇਹ ਜਿਹੜੀ ਦਾਤ ਆ ਗੁਰੂ ਘਰ ਤੋਂ ਹੀ ਬੰਦੇ ਨੂੰ ਮਿਲਦੀ ਆ। ਉੱਥੇ ਵੀ ਤਾਂ ਹੀ ਮਿਲਦੀ ਆ ਜੇ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਸੰਗਤ ਕਰਦੇ ਹਾਂ। ਗੁਰਦੁਆਰਾ ਸਾਹਿਬ ਬੈਠੇ ਰਹੋ, ਕੁਝ ਸੁਣੋ ਹੀ ਨਾ,
ਸਮਝੋ ਹੀ ਨਾ, ਵਿਚਾਰੋ ਹੀ ਨਾ, ਕੋਈ ਜ਼ਿੰਦਗੀ 'ਤੇ ਅਸਰ ਨਹੀਂ ਪੈਂਦਾ ਬੰਦੇ ਦੇ। ਤਾਂ ਕਰਮਾਂ ਦੇ ਚੱਕਰ ਆ ਸਾਰੇ। ਇੱਕ ਨਾ ਨੂੰ ਤੂੰ ਮੇਲ ਲੈ, ਇੱਕ ਆਪੋ ਤੁਧ ਖਵਾਇਆ, ਬਾਣੀ ਦੀਆਂ ਪੰਕਤੀਆਂ। ਹਾਂਜੀ, ਵੀ ਕਈ ਬੰਦਿਆਂ ਨੂੰ ਰੱਬ ਆਪਦੇ ਨਾਲ ਮੇਲ ਲੈਂਦਾ ਪਿਛਲੇ ਕਰਮਾਂ ਕਰਕੇ, ਕਈ ਵਿਛੜੇ ਰਹਿੰਦੇ ਆਪਦੇ ਕਰਮਾਂ ਕਰਕੇ। ਤਾਂ ਇਹ ਕਰਮ ਹੀ ਆ, ਸਾਰੀ ਖੇਡ ਕਰਮਾਂ ਦੀ ਹੋਈ ਆ। ਭਾਗਵਤ ਗੀਤਾ ਨੂੰ ਪੜ੍ਹ ਲਓ ਤੁਸੀਂ, ਸਨਾਤਨ ਧਰਮ ਦੇ ਗ੍ਰੰਥ, ਮਹਾਰਾਜ ਦੀ ਬਾਣੀ ਪੜ੍ਹ ਲਓ, ਪੁਰਾਤਨ ਰਿਸ਼ੀ ਮੁਨੀਆਂ ਨੂੰ ਪੜ੍ਹੋ। ਕਰਮਾਂ ਦੇ ਉੱਪਰ ਉਹ ਜ਼ੋਰ ਦੇ ਰਿਹਾ ਵੀ ਕਰਮ ਠੀਕ ਰੱਖੋ, ਚਿੰਤਾ ਛੱਡੋ, ਚਿੰਤਨ ਕਰੋ ਰੱਬ ਨੂੰ, ਜਿਹਨੂੰ ਆਪਾਂ ਭੁੱਲੇ ਹੋਏ ਹਾਂ, ਵਾਹਿਗੁਰੂ ਪਰਮੇਸ਼ਰ ਨੂੰ। ਉਹਦਾ ਚਿੰਤਨ ਕਰਨ ਦੇ ਨਾਲ ਕਰਮ ਫਲ ਜਿਹੜੇ ਆ ਚੰਗੇ ਹੀ ਮਿਲਦੇ। ਜੋ ਕੁਝ ਬੁਰਾ ਹੋਣਾ ਹੁੰਦਾ ਉਹ ਸੂਲੀ ਦੀ ਫਿਰ ਸੂਲ ਬਣ ਜਾਂਦੀ ਆ। ਉਹ ਵੀ ਤੁਸੀਂ ਕਥਾ ਸੁਣੀ ਆ ਸਾਰੀ, ਵਾਰ ਵਾਰ ਦੁਹਰਾਉਣ ਦੀ ਲੋੜ ਨਹੀਂ। ਤਾਂ ਇਵੇਂ ਸਾਡਾ ਜੀਵਨ ਭਾਈ ਚੰਗਾ ਬਣ ਸਕਦਾ ਹੈ। ਆਪਾਂ ਵੇਖਦੇ ਹਾਂ ਪ੍ਰਸਿੱਧ ਵਿਗਿਆਨੀ ਹੁੰਦੇ ਆ ਆਇਨਸਟਾਈਨ ਵਰਗੇ, ਕਿੰਨੀ ਮਿਹਨਤ ਕਰਦੇ ਆ, ਕਿੰਨੀ ਉਹਨਾਂ ਨੇ ਮਿਹਨਤ ਕੀਤੀ, ਖੋਜਾਂ ਕੀਤੀਆਂ। ਪਰ ਮਹਾਰਾਜ ਕਹਿੰਦੇ ਬੰਦੇ ਨੂੰ ਆਪਣੀ ਸਵੈ ਦੀ ਖੋਜ ਕਰਨੀ ਚਾਹੀਦੀ ਹੈ। ਆਪ ਪਛਾਣ ਹੈ ਸੋ ਸਭ ਗੁਣ ਜਾਣ। ਇਹ ਵੀ ਇੱਕ ਮਿਹਨਤ ਹੀ ਆ, ਅਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਮਿਹਨਤ ਕੀਤੀ ਆ, ਘਾਲਣਾ ਕਰਕੇ ਸਫਲ ਹੋ ਗਏ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ, ਇਸ ਕਰਕੇ ਕਿਹਾ ਕਰਦੇ ਸੀ, ਨਾਮ ਦੀ ਕਮਾਈ ਇੰਨੀ ਕਰ ਲਈਏ ਵੀ ਇਸ ਦੁਨੀਆ 'ਤੇ ਫਿਰ ਆਉਣਾ ਨਾ ਪਵੇ। ਕਿਉਂਕਿ ਦੁਨੀਆ ਦੇ ਵਿੱਚ ਜਨਮ ਲੈ ਕੇ ਆਪਾਂ ਵੇਖਦੇ ਹਾਂ ਕਿੰਨਾ ਸੰਯੋਗ ਆ, ਵਿਯੋਗ ਆ, ਦੁੱਖ ਆ, ਪੀੜਾ, ਦਰਦ ਆ, ਰੋਗ ਹਨ ਕਈ ਤਰ੍ਹਾਂ ਦੇ। ਤਾਂ ਵੀ ਇਹ ਜਿਹੜਾ ਇੱਕ ਚੱਕਰ ਆ, ਉਹਦੇ ਵਿੱਚੋਂ ਮੁਕਤ ਹੋਣ ਵਾਸਤੇ ਮਨੁੱਖਾ ਜਿਹੜਾ ਜਨਮ ਆ ਸਾਨੂੰ ਪ੍ਰਾਪਤ ਹੋਇਆ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਤੇ ਅਵਰ ਕਾਜ ਤੇਰੇ ਕਿਤੇ ਨਾਕਾਮ। ਸ੍ਰੀ ਰਹਿਰਾਜ ਸਾਹਿਬ ਜੀ ਦੇ ਵਿੱਚ ਆਪਾਂ ਪੜ੍ਹਦੇ ਸੁਣਦੇ ਹੀ ਹਾਂ ਵੀ ਅਵਰ ਕਾਜ, ਜਿਹੜੇ ਹੋਰ ਕੰਮ ਆ ਨਾਮ ਤੋਂ ਬਿਨਾਂ। ਦੇਖੋ ਫਿਰ ਆਪਾਂ ਕਹਾਂਗੇ ਅਸੀਂ ਕੰਮ ਨਾ ਕਰੀਏ, ਅਸਲ ਵਿੱਚ ਕਿਰਤ ਨਾਲ ਕੀਰਤੀ ਚੱਲੇ ਤਾਂ ਕੋਈ ਸਮੱਸਿਆ ਹੀ ਨਹੀਂ ਬੰਦੇ ਦੀ ਜ਼ਿੰਦਗੀ ਵਿੱਚ। ਗੱਲ ਇਹ ਆ ਵੀ ਅਸੀਂ ਇਕੱਲੀ ਕਿਰਤ ਕਰਦੇ ਹਾਂ, ਉਹ ਵੀ ਕਈ ਵਾਰੀ ਮੈਲੀ ਕਿਰਤ ਕਰਦੇ ਹਾਂ ਵੀ ਕਿਸੇ ਦਾ ਹੱਕ ਮਾਰ ਜਾਂਦੇ ਹਾਂ, ਫਿਰ ਉਹ ਕਰਮ ਜਿਹੜੇ ਘੁੰਮ ਕੇ ਸਾਡੇ 'ਤੇ ਵਾਪਸ ਆਉਂਦੇ ਆ। ਸਾਰੀਆਂ ਚੀਜ਼ਾਂ ਸਾਨੂੰ ਭੋਗਣੀਆਂ ਪੈਂਦੀਆਂ ਨੇ, ਫਿਰ ਆਪਾਂ ਰੋਂਦੇ ਹਾਂ। ਮਾਇਆ ਗਈ ਤਬ ਰੋਵਣ ਲੱਗਤ ਹੈ, ਸਾਡੇ ਹਾਸਾ ਰੋਣਾ ਮਾਇਆ 'ਤੇ ਹੀ ਟਿਕਿਆ ਹੋਇਆ। ਕੁਝ ਮਿਲ ਗਿਆ ਬੰਦਾ ਬੰਦਾ ਖੁਸ਼ ਹੁੰਦਾ ਬਹੁਤ ਜ਼ਿਆਦਾ, ਕੁਝ ਵਿਛੜ ਗਿਆ ਬੰਦਾ ਰੋਂਦਾ। ਇਹੀ ਬੰਦੇ ਦੀ ਕਹਾਣੀ ਆ। ਪਰ ਜਿਹਨੂੰ ਆਪਾਂ ਸਮਝ ਲਈਏ ਗੁਰਮੁਖਾਂ ਦਾ ਜੀਵਨ, ਜੇ ਆਈ ਚੀਜ਼ ਦਾ ਚਾਅ ਹੀ ਨਾ ਕਰੀਏ, ਗਈ ਚੀਜ਼ ਦਾ ਗਮ ਹੀ ਨਹੀਂ ਹੁੰਦਾ। ਇਹ ਸੱਚ ਕਰਕੇ ਜਾਣੋ, ਜੇ ਆਈ ਚੀਜ਼ ਦੀ ਕਿਸੇ ਮਿਲੀ ਚੀਜ਼ ਦੀ ਖੁਸ਼ੀ ਹੋਊਗੀ, ਜਦੋਂ ਵਿਛੜੂਗੀ ਦੁੱਖ ਤਾਂ ਲੱਗੂਗਾ ਹੀ। ਇਸ ਕਰਕੇ ਜਿਹੜੇ ਸਾਧੂ ਸੰਤ ਮਹਾਤਮਾ ਹੁੰਦੇ ਆ ਉਹ ਰੱਬੀ ਭਾਣਾ ਸਮਝਦੇ ਆ। ਆਇਆ ਇੱਕ ਖੇਡ ਜੀਵ, ਗਿਆ ਉਹਦੀ ਖੇਡ ਉਹਦੀ ਇੱਛਾ। ਜਦੋਂ ਰੱਬ ਦੀ ਮਰਜ਼ੀ ਸਾਡੀ ਮਰਜ਼ੀ ਇੱਕ ਹੋ ਜਾਏਗੀ, ਉਦੋਂ ਅਸੀਂ ਭਾਣਾ ਮੰਨਣ ਲੱਗ ਜਾਂਗੇ। ਹਜੇ ਰੱਬ ਦੀ ਮਰਜ਼ੀ ਕੋਈ ਹੋਰ ਆ, ਸਾਡੀ ਮਰਜ਼ੀ ਕੋਈ ਹੋਰ ਆ। ਤਾਂ ਇਹ ਮਹਾਂਪੁਰਖਾਂ ਦੀ ਗਾਥਾ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੇ ਬਚਨ ਸਨ ਭਾਈ, ਜਿਹਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਝੋਲੀ ਨਹੀਂ ਭਰੀ, ਕਿਤੇ ਵੀ ਤੁਸੀਂ ਚਲੇ ਜਾਓ ਨਹੀਂ ਭਰੇਗੀ। ਸ਼ਰਧਾ ਰੱਖੋ ਦਿਲ ਵਿੱਚ, ਉਹਨਾਂ ਆਖਣਾ ਪ੍ਰਗਟ ਗੁਰਾਂ ਕੀ ਦੇਹ ਕਰਕੇ। ਬਾਬਾ ਆਨੰਦ ਸਿੰਘ ਜੀ ਕਹਿੰਦੇ ਭਾਈ ਇਹ ਜਪਿਆ ਕਰੋ, ਨਾਮ ਸਿਮਰਨ ਸਤਿਗੁਰ ਦੀ ਸੇਵਾ ਕਰਿਆ ਕਰੋ, ਫਿਰ ਹੀ ਸਫਲ ਹੋਣੀ ਆ। ਤਾਂ ਇਹ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਨੇ। ਵਿਚਾਰ ਕਰਦਿਆਂ ਇੱਕ ਨਹੀਂ ਬਹੁਤ ਭੁੱਲਾਂ ਹੋ ਜਾਂਦੀਆਂ, ਇਸ ਕਰਕੇ ਭਾਈ ਉਹ ਜਿਹੜੀ ਪਹਿਲਾਂ ਕਹਾਣੀ ਦੱਸੀ ਆ, ਮਿਹਨਤ ਕਈ ਵਾਰੀ ਕੋਈ ਹੋਰ ਕਰਦਾ ਅਤੇ ਵਾਹ ਵਾਹ ਕੋਈ ਹੋਰ ਖੱਟੀ ਜਾਂਦਾ। ਜਬਰ ਕਰਨਾ ਅਤੇ ਜਬਰ ਸਹਿਣਾ ਦੋਨੋਂ ਹੀ ਪਾਪ ਆ। ਗੁਰੂ ਤੇਗ ਬਹਾਦਰ ਮਹਾਰਾਜ ਨੇ ਮਨ੍ਹਾ ਕੀਤਾ ਹੋਇਆ ਇਹਨਾਂ ਦੋਨਾਂ ਗੱਲਾਂ ਤੋਂ ਹੀ, ਨਾ ਜ਼ੁਲਮ ਸਹਿਣਾ ਚਾਹੀਦਾ ਨਾ ਜ਼ੁਲਮ ਕਰਨਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਹੀ ਕਰਨ ਜੀ।
ਆਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।